ਡিয়ার ਸਟੂਡੈਂਟਸ ਵੈਲਕਮ ਅੱਜ ਦਾ ਜਿਹੜਾ ਆਪਣਾ ਟੌਪਿਕ ਆ ਉਹ ਡਿਸਕਸ਼ਨ ਫੋਰਮ ਕੀ ਹੁੰਦੀ ਹੈ ਉਹਦੇ ਨਾਲ ਸੰਬੰਧਿਤ ਹੈ ਜਿੰਨਾ ਮਟੀਰੀਅਲ ਮੈਂ ਅਰੇਜ ਫਾਇੰਡ ਆਊਟ ਕੀਤਾ ਉਹ ਇੰਗਲਿਸ਼ ਦੇ ਵਿੱਚ ਹੀ ਮਿਲਿਆ ਬਟ ਫਿਰ ਵੀ ਮੈਂ ਤੁਹਾਨੂੰ ਸਿੰਪਲ ਪੰਜਾਬੀ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਜ਼ਰੂਰ ਕਰੂੰਗੀ ਤਾਂ ਜੋ ਸਾਰੇ ਮੀਡੀਅਮ ਵਾਲੇ ਜਿਹੜੇ ਬੱਚੇ ਨੇ ਤਾਂ ਫਾਇਦਾ ਲੈ ਸਕਣ ਅ ਪ੍ਰੋਗਰਾਮ ਵਿਚ ਅਲਾਉਸ ਮੈਂਬਰਸ ਟੂ ਹੋਲਡ ਡਿਸਕਸ਼ਨਸ ਆਨਲਾਈਨ ਇੱਕ ਇਸ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਕਿ ਮੈਂਬਰਸ ਨੂੰ ਵਿਅਕਤੀਆਂ ਨੂੰ ਜਿਹੜੀਆਂ ਆਨਲਾਈਨ ਡਿਸਕਸ਼ਨਸ ਨੇ ਡਿਸਕਸ਼ਨ ਹੁੰਦਾ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਦਿੰਦਾ ਹੈ ਦਾ ਡਿਸਕਸ਼ਨ ਇਜ਼ ਸਟਾਰਟਡ ਬਾਈ ਵਨ ਮੈਂਬਰ ਬਾਈ ਪੋਸਟਿੰਗ ਅ ਟਾਪਿਕ ਹੁਣ ਜਿਹੜੀ ਇਹ ਡਿਸਕਸ਼ਨ ਹੈ ਕਿਸੇ ਇੱਕ ਮੈਂਬਰ ਦੇ ਦੁਆਰਾ ਸ਼ੁਰੂ ਕੀਤੀ ਜਾਂਦੀ ਹੈ ਤੇ ਉਹ ਮੈਂਬਰ ਇੱਕ ਜਿਹੜਾ ਟਾਪਿਕ ਹੈ ਮੀਨਜ਼ ਇੱਕ ਉਪ ਵਿਸ਼ਾ ਦਿੰਦਾ ਹੈ ਉਪ ਉਹਨੂੰ ਪੋਸਟ ਕਰ ਦਿੰਦਾ ਜਿਹਦੇ ਉੱਪਰ ਜਿਹੜੀ ਸਾਰੀ ਡਿਸਕਸ਼ਨ ਉਹ ਹੁੰਦੀ ਹੈ ਐਂਡ ਆਦਰਜ਼ ਐਂਡ ਆਦਰ ਮੈਂਬਰਸ ਰਿਪਲਾਈ ਤੇ ਜਿਹੜੇ ਦੂਸਰੇ ਮੈਂਬਰ ਨੇ ਰਿਪਲਾਈ ਕਰਦੇ ਨੇ ਮੈਂ ਇੱਕ ਬਿਲਕੁਲ ਸਿੰਪਲ ਜੀ ਤੁਹਾਨੂੰ ਐਗਜ਼ਾਮਪਲ ਦਿੰਨੀ ਆ ਮੈਂ YouTube ਤੇ ਵੀਡੀਓਜ਼ ਪਾ ਰਹੀ ਆ ਜਾਂ ਦੇਖੋ ਤੁਹਾਡਾ ਕੋਈ ਵੀ ਕੁਐਸਚਨ ਹੁੰਦਾ ਤੁਸੀਂ ਉੱਥੇ ਆਪਣਾ ਕੁਐਸਚਨ ਪੁੱਟ ਕਰ ਦਿਨੀਓ ਤੁਹਾਨੂੰ ਕੁਝ ਸਮਝ ਨਹੀਂ ਆਇਆ ਕੋਈ ਟੌਪਿਕ ਕੋਈ ਚਾਹੀਦਾ ਤੁਹਾਨੂੰ ਫਿਰ ਤੁਹਾਨੂੰ ਮੈਂ ਰਿਪਲਾਈ ਕਰ ਦਿਆਂਗੀ ਤੁਸੀਂ ਫੇਸਬੁੱਕ ਯੂਜ਼ ਕਰਦੇ ਹੋ ਟਵਿੱਟਰ ਯੂਜ਼ ਕਰਦੇ ਹੋ ਤੇ ਗੂਗਲ ਦੇ ਉੱਪਰ ਤੁਸੀਂ ਕੁਝ ਸਰਚ ਕਰਦੇ ਹੋ ਤਾਂ ਉੱਥੇ ਵੀ ਤੁਸੀਂ ਆਪਣਾ ਦੇਖੋ ਕੁਐਸਚਨ ਪੁੱਟ ਕਰਦੇ ਹੋ ਤਾਂ ਗੂਗਲ ਵੱਲੋਂ ਵੀ ਤੁਹਾਨੂੰ ਰਿਪਲਾਈ ਕੀਤਾ ਜਾਂਦਾ ਹੈ ਤੇ ਨਾਲ ਨਾਲ ਹੋਰ ਜਿਹੜੇ ਵਿਅਕਤੀ ਨੇ ਉਹਨਾਂ ਦੇ ਰਿਪਲਾਈ ਵੀ ਤੁਸੀਂ ਪੜ੍ਹ ਸਕਦੇ ਹੋ ਨਾ ਕਿ ਜਦੋਂ ਉਹਨਾਂ ਨੇ ਕੁਐਸਚਨ ਫਾਈਂਡ ਆਊਟ ਕੀਤਾ ਸੀ ਉਹਨਾਂ ਨੂੰ ਕੀ ਰਿਪਲਾਈ ਮਿਲੇ ਜਾ ਉਹ ਇਸ ਰਿਪਲਾਈ ਬਾਰੇ ਕੀ ਸੋਚਦੇ ਨੇ ਉਹਨਾਂ ਦਾ ਆਨਸਰ ਕੀ ਹੈ ਬਿਲਕੁਲ ਸਿੰਪਲ ਇਸ ਤਰੀਕੇ ਨਾਲ ਦੇਖੋ ਫੇਸਬੁੱਕ ਤੇ ਹੈਗਾ ਇਹ ਥਿਸ ਅਲਾوز ਮੈਂਬਰਸ ਆਫ ਦਾ ਸੇਮ ਗਰੂਪ ਟੂ ਸ਼ੇਅਰ ਇਨਫੋਰਮੇਸ਼ਨ ਐਂਡ ਆਈਡੀਆਜ਼ ਹੁਣ ਇਹ ਕਿਹੜੇ ਮੈਂਬਰਸ ਨੂੰ ਅਲਾਉ ਕਰਦਾ ਹੈ ਆਗਾ ਦਿੰਦਾ ਹੈ ਉਹ ਇੱਕੋ ਜਿਹੇ ਗਰੁੱਪ ਦੇ ਮੈਂਬਰ ਆਪਣੀ ਜਿਹੜੀ ਇਨਫੋਰਮੇਸ਼ਨ ਆ ਉਹ ਸ਼ੇਅਰ ਕਰ ਸਕਦੇ ਨੇ ਤੇ ਆਪਣੇ ਆਈਡੀਆਜ਼ ਸ਼ੇਅਰ ਕਰ ਸਕਦੇ ਨੇ ਜਿਵੇਂ ਹੁਣ ਆਪਣਾ ਐਜੂਕੇਸ਼ਨਲ ਗਰੁੱਪ ਹੈ ਤਾਂ ਅਸੀਂ ਉੱਥੇ ਕੀ ਕਰਾਂਗੇ ਐਜੂਕੇਸ਼ਨਲ ਰਿਲੇਟਡ ਮੈਂ ਕੁਐਸਚਨ ਤੁਹਾਨੂੰ ਪਾਇਆ ਜਾਂ ਕੋਈ ਇਨਕੁਆਰੀ ਤੁਹਾਨੂੰ ਦਿੱਤੀ ਤਾਂ ਤੁਸੀਂ ਉਹਦੇ ਨਾਲ ਰਿਲੇਟਡ ਜਿਹੜੀ ਹੋਰ ਇਨਫੋਰਮੇਸ਼ਨ ਹੈ ਉਥੇ ਪੋਸਟ ਕਰੋਗੇ ਇਟ ਮੀਨਸ ਉਹ ਵਿਅਕਤੀ ਤੁਹਾਨੂੰ ਅਲਾਉ ਕਰ ਰਿਹਾ ਕਿ ਤੁਸੀਂ ਆਪਣੇ ਜਿਹੜੇ ਆਈਡੀਆਜ਼ ਨੇ ਜਾਂ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਉਹ ਤੁਸੀਂ ਨੇ ਸ਼ੇਅਰ ਕਰਨੀ ਹੈ ਹੁਣ ਇਹ ਕੀ ਨੇ ਡਿਸਕਸ਼ਨ ਬੋਰਡ ਨੇ ਮੈਸੇਜ ਬੋਰਡ ਨੇ ਆ ਪਲੇਸ ਔਨ ਦਾ ਇੰਟਰਨੈਟ ਵੇਅਰ ਪੀਪਲ ਕੈਨ ਐਕਸਚੇਂਜ ਆਈਡੀਆਜ਼ ਐਂਡ ਓਪੀਨੀਅਨਸ ਅਬਾਊਟ ਆ ਟਾਪਿਕ ਹੁਣ ਇੱਕ ਜਿਹੜੇ ਡਿਸਕਸ਼ਨ ਫੋਰਮ ਨੇ ਇੱਕ ਇਸ ਤਰ੍ਹਾਂ ਦੀ ਪਲੇਸ ਹੈ ਇੰਟਰਨੈਟ ਦੇ ਉੱਪਰ ਜਿੱਥੇ ਕਿ ਲੋਕ ਆਪਣੇ ਜਿਹੜੇ ਆਈਡੀਆਜ਼ ਨੇ ਤੇ ਆਪਣੀਆਂ ਆਈਡੀਆਜ਼ ਹੁੰਦੇ ਨੇ ਵਿਚਾਰ opinions ਹੁੰਦੇ ਨੇ ਉਹਨਾਂ ਦੀਆਂ ਇੱਛਾਵਾਂ ਉਹਸ ਟੌਪਿਕ ਬਾਰੇ ਉਹ ਕੀ ਸੋਚਦੇ ਨੇ ਉਹਨਾਂ ਦੇ ਕੀ ਵਿਚਾਰ ਨੇ ਉਹ ਉਹ ਇੱਥੇ ਸਾਂਝੇ ਕਰ ਸਕਦੇ ਨੇ ਐਕਸਚੇਂਜ ਕਰ ਸਕਦੇ ਨੇ ਐਨ এনवायरमेंट ਵੇਅਰ ਪਾਰਟਿਸਪੈਂਟਸ ਕੈਨ ਪੋਜ਼ ਇਸ਼ੂਜ਼ ਫਾਰ ਡਿਸਕਸ਼ਨ ਐਂਡ ਰਿਸਪੌਂਡ ਟੂ ਐਨੀ ਕੰਟਰੀਬਿਊਸ਼ਨਸ ਦਸ ਕ੍ਰੀਏਟਿੰਗ ਥ੍ਰੈਟਡ ਮੀਨਸ ਕਿ ਇਸ ਤਰ੍ਹਾਂ ਦਾ এনवायरमेंट ਜਿੱਥੇ ਜਿਹੜੇ ਪਾਰਟਿਸਪੈਂਟਸ ਨੇ ਭਾਗ ਲੈਣ ਵਾਲੇ ਨੇ ਉਹ ਆਪਣੇ ਜਿਹੜੇ ਇਸ਼ੂਜ਼ ਨੇ ਉਹ ਡਿਸਕਸ਼ਨ ਦੇ ਲਈ ਰੱਖ ਸਕਦੇ ਨੇ ਤੇ ਕਿਸ ਤਰ੍ਹਾਂ ਦਾ ਰਿਸਪੌਂਡ ਜਿਹੜਾ ਉਹਦੇ ਨਾਲ ਰਿਲੇਟਡ ਉੱਤਰ ਹੋਏਗਾ ਉਹਦੇ ਲਈ ਕੰਟ੍ਰਿਬਿਊਟ ਕਰਦੇ ਨੇ ਆਪਣਾ ਯੋਗਦਾਨ ਦਿੰਦੇ ਨੇ ਜਿਹੜਾ ਕੋਈ ਵੀ ਉੱਤਰ ਹੁੰਦਾ ਮੀਨਸ ਇੱਕ ਵਿਅਕਤੀ ਪ੍ਰਸ਼ਨ ਇਹਦੇ ਵਿੱਚ ਪੁੱਛਦਾ ਏ ਤੇ ਬਾਕੀ ਸਾਰੇ ਜਿਹੜੇ ਵਿਅਕਤੀ ਨੇ ਉਹ ਆਪਣਾ ਆਪਣਾ ਆਈਡੀਆ ਉਨ੍ਹਾਂ ਦੇ ਮਾਈਂਡ ਦੇ ਵਿੱਚ ਜੋ ਦੇ ਬਾਰੇ ਥਿੰਕਿੰਗ ਹੁੰਦੀ ਹੈ ਉਹ ਦੱਸਦੀ ਹੈ ਮੀਨਸ ਕਿ ਇੱਕ ਤਰੀਕੇ ਦੀ ਡਿਸਕਸ਼ਨ ਹੁੰਦੀ ਹੈ 크리에ਟਿੰਗ ਥ੍ਰੈਡਡ ਡਿਸਕਸ਼ਨਸ ਥੈਟ ਕੈਨ ਸਪੈਮ ਅ ਡਿਸਕਸ਼ਨ 3 ਵੇਅਰ ਦਾ ਡਿਸਕਸ਼ਨ ਬ੍ਰਾਂਚਸ ਆਊਟ ਇਨ ਮੈਨੀ ਡਾਇਰੈਕਸ਼ਨਸ অর ਸਬ ਥ੍ਰੈਡਸ ਹੁਣ ਜਿਹੜੀਆਂ ਇਹ ਡਿਸਕਸ਼ਨਸ ਹੁੰਦੀਆਂ ਨੇ ਇਹਦੇ ਵਿੱਚ ਜਿਵੇਂ ਅਸੀਂ ਸਿੰਪਲ ਗੱਲ ਕਰੀਏ ਇੱਕ ਮੇਨ ਥੀਮ ਹੁੰਦੀਆਂ ਨੇ ਮੀਨਸ ਇੱਕ ਮੇਨ ਕੁਐਸਚਨ ਤੇ ਉਹਦੇ ਵਿੱਚੋਂ ਵੀ ਕਾਫੀ ਸਾਰੇ ਕੁਐਸਚਨ ਨਿਕਲੇ ਹੁੰਦੇ ਨੇ ਜਦੋਂ ਅਸੀਂ ਉਹਤੇ ਡਿਸਕਸ਼ਨ ਕਰਦੇ ਹਾਂ ਤੇ ਇਹ ਕਿ ਇੱਕ ਇੱਕ ਐਸ ਤਰ੍ਹਾਂ ਦੇ ਡਾਇਰੈਕਸ਼ਨਸ ਆ ਦਿੰਦੀਆਂ ਨੇ ਕਾਫੀ ਡਿਸਕਸ਼ਨ ਟਰੀ ਬਣ ਜਾਂਦਾ ਇੱਕ ਮੀਨਸ ਇੱਕ ਗੱਲ ਤੋਂ ਹੋਰ ਬਹੁਤ ਜ਼ਿਆਦਾ ਜਿਹੜੇ ਕੁਐਸਚਨ ਨੇ ਉਹ ਬਾਹਰ ਆਉਂਦੇ ਰਹਿੰਦੇ ਨੇ ਦ ਐਕਟੀਵਿਟੀ ਇਨ ਵਿੱਚ ਪੀਪਲ ਟਾਕ ਅਬਾਊਟ ਸਮਥਿੰਗ ਐਂਡ ਟੈਲ ਈਚ ਅਦਰ देयर ਆਈਡੀਆਜ਼ অর ਓਪੀਨੀਅਨਸ ਹੁਣ ਜਿਹੜੀਆਂ ਹੋਲਡ ਹੈਵ ਡਿਸਕਸ਼ਨਸ ਵਿਦ we have hold have discussions with employees representatives about possible prepandencies hun jeda koi bhi es <laughs> tarah da topic hunda possible hunda ta ode te jehdi discussion hold kiti jandi hai rakhi jandi hai koi employees ne ta unna di jehdi representation hai ya discussion hai unna naal ho sakdi hai under discussion the matter is still under discussion means being considered kai var jeda koi ਕਿਸੇ ਦਾ ਕੁਐਸਚਨ ਇਸ ਤਰ੍ਹਾਂ ਦਾ ਹੁੰਦਾ ਜਿਸ ਨੂੰ ਕਿ ਅੰਡਰ ਡਿਸਕਸ਼ਨ ਰੱਖ ਲਿਆ ਜਾਂਦਾ ਕਿ ਹਾਂਜੀ ਇਹਤੇ ਵਿਚਾਰ ਵਟਾਂਦਰਾ ਕਰਨਾ ਜ਼ਰੂਰੀ ਹੈ ਅ ਡਿਸਕਸ਼ਨ ਗਰੁੱਪ ਡਾਕੂਮੈਂਟ ਹੁਣ ਡਿਸਕਸ਼ਨ ਕੀ ਹੁੰਦੀ ਹੈ ਇਹਦੇ ਵਿੱਚ ਕੁਝ ਗਰੁੱਪ ਡਾਕੂਮੈਂਟ ਦੀ ਤਰ੍ਹਾਂ ਇਹਨੂੰ ਲਿਆ ਜਾਂਦਾ ਕਿਉਂਕਿ ਗਰੁੱਪ ਦੇ ਵਿੱਚ ਜਿਹੜੇ ਵੀ ਵਿਅਕਤੀ ਸ਼ਾਮਿਲ ਹੁੰਦੇ ਨੇ ਉਹ ਆਪਣੇ ਆਪਣੇ ਆਈਡੀਆਜ਼ ਦਿੰਦੇ ਨੇ ਤੇ ਜਦੋਂ ਉਹ ਆਪਣੇ ਆਪਣੇ ਆਈਡੀਆਜ਼ ਦਿੰਦੇ ਨੇ ਤਾਂ ਇੱਕ ਜਿਹੜਾ ਕੋਈ ਵੀ ਅਸੀਂ ਟੌਪਿਕ ਲਿਆ ਸੀ ਉਦੇ ਉੱਪਰ ਫੋਕਸ ਹੀ ਕੀਤਾ ਜਾਂਦਾ ਹੈ ਤੇ ਉਹਨਾਂ ਰਿਟਰ ਜਿਹੜੀ ਸਾਰੀ ਇਨਫੋਰਮੇਸ਼ਨ ਹੈ ਉਹ ਇਕੱਠੀ ਹੋ ਜਾਂਦੀ ਹੈ ਹੁਣ ਕੁਝ ਐਗਜ਼ੈਂਪਲਸ ਨੇ देयर ਵਾਸ ਸਮ ਲਾਈਵਲੀ ਡਿਸਕਸ਼ਨ ਐਟ ਦਾ ਮੀਟਿੰਗ ਕੈਨ ਵੀ ਮੂਵ ਔਨ ਦਾ ਨੈਕਸਟ ਆਈਟਮ ਫਾਰ ਡਿਸਕਸ਼ਨ ਪਲੀਜ਼ ਤਾਂ ਇਹਦੇ ਵਿੱਚ ਕੀ ਹੁੰਦਾ ਕੈਨ ਵੀ ਮੂਵ ਕੀ ਅਸੀਂ ਜਿਹੜਾ ਅਗਲਾ ਸਾਡਾ ਡਿਸਕਸ਼ਨ ਦੀ ਆਈਟਮ ਹੈ ਉਹਦੇ ਲਈ ਅੱਗੇ ਵੱਧ ਸਕਦੇ ਹਾਂ ਮੈਨੇਜਮੈਂਟ ਆਰ ਹੈਵਿੰਗ ਡਿਸਕਸ਼ਨਸ with the union about possible redundancies ਹੁਣ ਜਿਹੜੀਆਂ ਮੈਨੇਜਮੈਂਟਸ ਬਣੀ ਹੁੰਦੀਆਂ ਨੇ ਜਾਂ ਇਹ ਕਹਿ ਲਓ ਤੁਸੀਂ ਵੀ ਕੋਈ ਵੀ ਯੂਨੀਅਨ ਬਣੀ ਹੁੰਦੀ ਹੈ ਤਾਂ ਉਹ ਆਪਣੇ ਮੈਂਬਰਸ ਦੇ ਨਾਲ ਜਿਹੜੇ ਕੋਈ ਵੀ ਇਸ ਤਰ੍ਹਾਂ ਦੇ ਮੁੱਦੇ ਹੁੰਦੇ ਨੇ ਉਹਨਾਂ ਦੇ ਉੱਪਰ ਡਿਸਕਸ਼ਨਸ ਕਰਦੀਆਂ ਨੇ ਕੋਈ ਜਿਵੇਂ Zoom ਮੀਟਿੰਗ ਵੀ ਹੋ ਸਕਦੀ ਹੈ ਉਹਦੇ 'ਚ ਵੀ ਆਨਲਾਈਨ ਅਸੀਂ ਜਿਹੜੀ ਆਪਣੀ ਗੱਲਬਾਤ ਆ ਉਹ ਦੇਖੋ ਕਰਦੇ ਆ ਤੇ Google Meet ਆ ਉਹਦੇ ਤੇ ਅਸੀਂ ਕਰ ਸਕਦੇ ਆ ਬਲੌਗਿੰਗ ਹੈ ਉਹਦੇ ਤੇ ਅਸੀਂ ਕਰ ਸਕਦੇ ਹਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਸਾਧਨ ਨੇ ਜਿਨ੍ਹਾਂ ਨੂੰ ਅਸੀਂ ਇਸ ਤਰੀਕੇ ਨਾਲ ਵਰਤ ਸਕਦੇ ਹਾਂ this discussion has raised many important issues ਹੁਣ ਜਿਹੜੀ ਕੋਈ ਵੀ ਡਿਸਕਸ਼ਨ ਹੁੰਦੀ ਹੈ ਵਿਚਾਰ ਵਟਾਂਦਰਾ ਹੁੰਦਾ ਉਹ ਚ ਹੋਰ ਵੀ ਬਹੁਤ ਸਾਰੇ ਜਿਹੜੇ ਮਹੱਤਵਪੂਰਨ ਮੁੱਦੇ ਹੁੰਦੇ ਨੇ ਉਹ ਉਠਾਏ ਜਾਂਦੇ ਨੇ har remarks on the employment questions led to a heated discussion ਹੁਣ ਦੇਖੋ ਕੋਈ ਵੀ ਜਦੋਂ ਕੁਐਸਚਨ ਕਰਦਾ ਤਾਂ ਉਤੇ ਕੁਝ ਰਿਮਾਰਕ ਵੀ ਹੁੰਦਾ ਹੈ ਹੁਣ ਕਿਸੇ ਨੂੰ ਉਹ ਗੱਲ ਕਿਸ ਤਰੀਕੇ ਦਾ ਇਹ ਦੀ ਕਿਸੇ ਨੂੰ ਕਿਸੇ ਤਰੀਕੇ ਦੀ ਲੱਗਦੀ ਹੈ ਕੋਈ ਉਹਦੇ ਫੇਵਰ ਚ ਗੱਲ ਕਰਦਾ ਤੇ ਕੋਈ ਉਹਦੇ ਅਗੇਂਸਟ ਗੱਲ ਕਰਦਾ ਡੀਅਰ ਸਟੂਡੈਂਟਸ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਜਿਹੜਾ ਡਿਸਕਸ਼ਨ ਫੋਰਮ ਹੈ ਇਹਦਾ मीनिंग ਕਲੀਅਰ ਹੋ ਗਿਆ ਹੋਵੇਗਾ ਬਿਲਕੁਲ ਸਿੰਪਲ ਵਰਡਸ ਦੇ ਵਿੱਚ ਇਹ ਕੀ ਹੈ ਨੈਟਵਰਕ ਦੀ ਸਹਾਇਤਾ ਦੇ ਨਾਲ ਮੀਨਸ ਅਸੀਂ ਕਿਸੇ ਵੀ ਗਰੁੱਪ ਦੇ ਨਾਲ ਜਿਹੜਾ ਕਿ ਜਿਵੇਂ ਐਜੂਕੇਸ਼ਨਲ ਗਰੁੱਪ ਹੈ ਤਾਂ ਉਥੇ ਐਜੂਕੇਸ਼ਨਲ ਕੋਈ ਵੀ ਅਸਤਰਾਂ ਦਾ ਇਸ਼ੂ ਲਿਆ ਜਾਇਆ ਜਾਏਗਾ ਮੁੱਦਾ ਲਿਆ ਜਾਇਆ ਜਾਏਗਾ ਜਿਹਦੇ ਉੱਪਰ ਚਰਚਾ ਕੀਤੀ ਜਾਏਗੀ ਮੀਨਸ ਕਿ ਆਨਲਾਈਨ ਡਿਸਕਸ਼ਨ ਹੁੰਦੀ ਹੈ ਮੈਂ ਉਮੀਦ ਕਰਦੀ ਹਾਂ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ ਥੈਂਕਸ ਫॉर ਵਾਚਿੰਗ